ਪਾਣੀ ਦੀ ਸਮੱਸਿਆ ਬਹੁਤ ਡੂੰਘੀ ਸਮੱਸਿਆ ਬਣੀ ਪਈ ਸਾਡੇ ਵਾਸਤੇ। ਸਮੱਸਿਆ ਪਤਾ ਗਾ ਵੀ ਪਾਣੀ ਸਾਨੂੰ ਬੜਾ ਮੁਸ਼ਕਲ ਨਾਲ ਮਿਲਦਾ, ਉਹੀ ਇਹਦੀ ਕਦਰ ਜਾਣਦਾ ਗਾ। ਅੱਗੇ ਫੁੱਲਾਂ ਦੇ ਹਾਰ ਪਾਉਣ, ਛਤਰਾਂ ਦੇ ਹਾਰ ਪਹਿਣਗੇ ਤੇ ਵੋਟਾਂ ਮੁੱਕ ਕੇ ਸਾਰੇ ਪੁੱਛਣ ਲੱਗ ਜਾਂਦੇ ਆ ਕਿ ਵੀ, ਪਰ ਹੁਣ ਕੋਈ ਨਹੀਂ ਆ ਕੇ ਪੁੱਛਦਾ ਵੀ ਤੁਹਾਨੂੰ ਕਿਸੇ ਪਾਣੀ ਦੀ ਲੋੜ ਆ। ਸਰੋਂ ਦਾ ਤੇਲ ਜਾਂ ਘਿਓ ਆ, ਇਸ ਤਰ੍ਹਾਂ ਪਾਣੀ ਸਾਡੇ ਘਰੇ ਵਰਤਦੇ ਹਾਂ ਅਸੀਂ। ਬੜਾ ਹੀ ਚਿਰ ਤੋਂ ਪਾਣੀ ਨੂੰ ਜੂਝ ਰਹੇ ਹਾਂ, ਸਾਨੂੰ ਪਾਣੀ ਪੂਰਾ ਨਹੀਂ ਮਿਲਦਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਅਤੇ ਮੈਂ ਹਰਸ਼ਪਾਲ ਸਿੰਘ ਧੋਬੀ ਵਾਲੇ ਮੁਹੱਲੇ ਦੀ ਗਲੀ ਦੇ ਵਿੱਚ ਖੜ੍ਹੇ ਹਾਂ, ਜਿੱਥੇ ਪਾਣੀ ਨੂੰ ਲੈ ਕੇ ਹੁਣੇ ਹੀ ਰੌਲਾ ਰੱਪਾ ਵੀ ਪਿਆ ਅਤੇ ਲੋਕ ਲੜਦੇ ਵੀ ਨਜ਼ਰ ਆਏ। ਸਰਕਾਰਾਂ ਵੀ ਕਹਿ ਰਹੇ ਆ ਅਤੇ ਜਿਹੜੇ ਬੁੱਧੀਜੀਵੀ ਵੀ ਕਹਿ ਰਹੇ ਆ ਵੀ ਆਉਣ ਵਾਲੇ ਸਮੇਂ 'ਚ ਆ ਜਿਹੜਾ ਪਾਣੀ ਘੱਟ ਸਕਦਾ ਅਤੇ ਸਮੱਸਿਆ ਆ ਸਕਦੀ ਆ, ਪਰ ਪਾਣੀ ਦੀ ਅੱਜ ਹੀ ਸਮੱਸਿਆ ਆਈ ਖੜ੍ਹੀ ਹੈ ਕਿਉਂਕਿ ਪਾਣੀ ਟੈਂਕਰ ਭਰ ਕੇ ਮੰਗਵਾਇਆ ਜਾਂਦਾ, ਇੱਥੇ ਮੁਹੱਲੇ 'ਚ ਪਾਣੀ ਨਹੀਂ ਆਉਂਦਾ ਅਤੇ ਉਸ ਨੂੰ ਲੈ ਕੇ ਜਿੱਥੇ ਬਹਿਸਬਾਜ਼ੀ ਅਤੇ ਤਕਰਾਰ ਵੀ ਹੁੰਦੀ ਆ, ਮੁਹੱਲੇ ਵਾਲੇ ਆਪਸ ਵਿੱਚ ਪਾਣੀ ਨੂੰ ਲੈ ਕੇ ਲੜਦੇ ਵੀ ਨਜ਼ਰ ਆਉਂਦੇ ਆ, ਅਤੇ ਸਾਡੇ ਨਾਲ ਮੁਹੱਲਾ ਨਿਵਾਸੀ ਖੜ੍ਹੇ ਆ ਜਿਹੜੇ ਹੁਣੇ ਪਾਣੀ ਵੀ ਭਰ ਕੇ ਹਟੇ ਆ ਅਤੇ ਕੁਛ ਭਰੀ ਵੀ ਜਾਂਦੇ, ਉਹਨਾਂ ਨਾਲ ਗੱਲਬਾਤ ਕਰਦੇ। ਮਾਤਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੁੰਦੇ ਆ, ਤੁਹਾਡੇ ਮੁਹੱਲੇ 'ਚ ਪਾਣੀ ਨਹੀਂ ਆ ਰਿਹਾ? ਕਹਿਣਾ ਚਾਹੁੰਦੇ ਆ ਜੀ, ਸਾਡੇ ਮੁਹੱਲੇ ਦੇ ਵਿੱਚ ਪਾਣੀ ਦੀ ਬਹੁਤ ਘਾਟ ਆ, ਬੜਾ ਹੀ ਚਿਰ ਤੋਂ ਪਾਣੀ ਨੂੰ ਜੂਝ ਰਹੇ ਹਾਂ, ਸਾਨੂੰ ਪਾਣੀ ਪੂਰਾ ਨਹੀਂ ਮਿਲਦਾ। ਜਦੋਂ ਪਾਣੀ ਵਾਲੇ ਆਉਂਦੇ ਆ ਟੈਂਕਰ ਵਾਲੇ, ਪਾਣੀ ਪੂਰਾ ਭਰ ਕੇ ਨਹੀਂ ਜਾਂਦੇ ਕਿਉਂਕਿ ਗਲੀਆਂ ਦੇ ਵਿੱਚ ਘਰ ਸਾਰੇ ਅੱਡੋ ਅੱਡੀ ਘਰਾਂ ਦੇ ਵਿੱਚ ਪਾਣੀ ਪੈਂਦਾ, ਪਾਣੀ ਕਿਸੇ ਟੂਟੀ 'ਚ ਆ ਹੀ ਰਿਹਾ ਅਤੇ ਜਦੋਂ ਜਾਂਦੇ ਆ ਉਦੋਂ ਲੜਾਈ ਪੈਂਦੀ ਆ, ਨਾ ਤਾਂ ਕਿਸੇ ਨੂੰ ਪੂਰਾ ਪਾਣੀ ਮਿਲਦਾ ਅਤੇ ਨਾ ਹੀ ਕਿਸੇ ਨੂੰ ਅੱਧਾ ਮਿਲਦਾ। ਜਿੰਨੇ ਪਾਣੀ ਦੇ ਸਾਡੀ ਗਲੀਆਂ ਦੇ ਵਿੱਚ ਘਾਟ ਆ, ਸਾਨੂੰ ਪਾਣੀ ਜ਼ਰੂਰ ਮਿਲਣਾ ਚਾਹੀਦਾ ਕਿਉਂਕਿ ਪਾਣੀ ਦੇ ਨਾਲ ਹੀ ਬੰਦੇ ਦੀ ਜੀਵਤ ਹੈਗੀ ਅੱਜ ਕੱਲ੍ਹ। ਕਦੋਂ ਕਦਾ ਪਾਣੀ ਇਸ ਤਰ੍ਹਾਂ ਟੈਂਕਰਾਂ 'ਚ ਆ ਰਿਹਾ? ਇਹ ਜਦੋਂ ਦੀ ਕਾਰ ਬਣੀ ਆ ਜੀ ਉਦੋਂ ਦਾ ਹੀ ਸਾਡੇ ਘਰਾਂ ਦੇ ਵਿੱਚ ਘੱਟ ਆ ਰਿਹਾ। ਪਹਿਲਾਂ ਸਾਡੇ ਫੁੱਲ ਟੂਟੀਆਂ ਆਉਂਦੀਆਂ ਸੀ, ਵਧੀਆ ਪਾਣੀ ਸੀ, ਦੋ ਦੋ ਟੂਟੀਆਂ ਲੱਗੀਆਂ ਘਰਾਂ ਦੇ ਵਿੱਚ, ਬਾਕੀ ਇਹ ਵੀ ਕੋਈ ਗੱਲ ਨਹੀਂ ਸੀ। ਟੂਟੀਆਂ, ਮੀਟਰ ਸੀ, ਬਿਜਲੀ ਸੀ, ਸਾਰੀਆਂ ਸਹੂਲਤਾਂ ਵਧੀਆ ਆਉਂਦੀਆਂ ਸੀ, ਪਰ ਜਦੋਂ ਦੀ ਆਹ ਨਵੀਂ ਸਰਕਾਰ ਆਈ ਆ ਉਦੋਂ ਦੇ ਸਾਡੇ ਘਰਾਂ ਦੇ ਵਿੱਚ ਪਾਣੀ ਜਿਵੇਂ ਸਰੋਂ ਦਾ ਤੇਲ ਜਾਂ ਘਿਓ ਆ, ਇਸ ਤਰ੍ਹਾਂ ਪਾਣੀ ਸਾਡੇ ਘਰੇ ਵਰਤਦੇ ਹਾਂ ਅਸੀਂ। ਸਾਨੂੰ ਬਹੁਤ ਹੀ ਔਖਤ ਆਉਂਦੀ ਆ ਅਤੇ ਸਾਨੂੰ ਪਾਣੀ ਦੀਆਂ ਸਹੂਲਤਾਂ ਦਿੱਤੀਆਂ ਜਾਣ। ਇੱਕ ਪਾਸੇ ਤਾਂ ਸਰਕਾਰਾਂ ਕਹਿੰਦੀਆਂ ਅਤੇ ਲੋਕ ਵੀ ਕਹਿੰਦੇ ਆ ਵੀ 10-15 ਸਾਲ ਨੂੰ ਆਉਣ ਵਾਲੇ ਸਮੇਂ 'ਚ ਜਿਹੜੀ ਪਾਣੀ ਦੀ ਬਹੁਤ ਘਾਟ ਹੋ ਸਕਦੀ ਆ, ਪਰ ਇੱਥੇ ਤਾਂ ਹੁਣੇ ਹੀ ਆਈ ਪਈ ਆ। ਹਾਂਜੀ, ਇੱਥੇ ਤਾਂ ਹੁਣੇ ਸਾਡੇ ਤਾਂ ਬਹੁਤ ਆ ਗਈ, ਸਾਨੂੰ ਤਾਂ ਇਹ ਲੱਗਦਾ ਵੀ ਸਾਨੂੰ ਪਾਣੀ ਮਿਲਣਾ ਹੀ ਨਹੀਂ, ਅਸੀਂ ਕਿੰਨਾ ਕੁ ਮੁੱਲ ਪੀਵਾਂਗੇ। ਬਾਕੀ ਆਰੋ ਦੇ ਪਾਣੀ ਦੀ ਇੱਕ ਢੋਲੀ ਲਿਆਵਾਂਗੇ, ਦੋ ਲਿਆਵਾਂਗੇ, ਜਿਹੜੇ ਘਰ ਦੇ ਵਿੱਚ ਵਰਤੋਂ 'ਚ ਕੱਪੜੇ ਜਾਂ ਨਹਾਉਣਾ ਜਾਂ ਬੱਚਿਆਂ ਨੇ ਸਕੂਲ ਜਾਣਾ, ਉਹਨਾਂ ਵਾਸਤੇ ਤਾਂ ਪਾਣੀ ਪੂਰਾ ਨਹੀਂ ਆਉਣਾ। ਸਾਥੋਂ ਜੇ ਅਸੀਂ ਕੰਮ ਚੱਲੀ ਗਿਆ ਸਾਡਾ, ਫਿਰ ਤਾਂ ਅਸੀਂ ਇੱਦੋਂ ਵੀ ਜ਼ਿਆਦਾ ਤਕਲੀਫ ਆਊਗੀ, ਸਾਨੂੰ ਮਰਿਆਂ ਨਾਲੋਂ ਵੀ ਭੈੜੇ ਹੋ ਜਾਵਾਂਗੇ ਜੇ ਸਾਡੇ ਗਲਾਂ ਦੇ ਵਿੱਚ ਪਾਣੀ ਨਾ ਪਹੁੰਚਿਆ ਘਰਾਂ ਦੇ ਵਿੱਚ, ਅਤੇ ਨਾ ਹੀ ਸਾਨੂੰ ਪਾਣੀ ਪੂਰਾ ਦਿੱਤਾ ਗਿਆ। ਹੋਰ ਵੀ ਨੇ ਸਾਡੇ ਨਾਲ ਬਜ਼ੁਰਗ ਨੇ, ਕੀ ਨਾਮ ਆ ਜੀ ਤੁਹਾਡਾ? ਸਤਨਾਮ ਸਿੰਘ ਆ ਜੀ। ਕੀ ਕਹਿਣਾ ਚਾਹੁੰਦੇ ਆ ਪਾਣੀ ਨੂੰ ਲੈ ਕੇ ਹੁਣ ਇੱਥੇ ਭਰਦੇ ਵੀ ਨਜ਼ਰ ਆਏ ਅਤੇ ਬਹਿਸਬਾਜ਼ੀ ਅਤੇ ਤਕਰਾਰ ਵੀ ਕਰਦੇ ਨਜ਼ਰ ਆਏ? ਪਾਣੀ ਇਹੀ ਕਹਿੰਦੇ, ਪਹਿਲਾਂ ਆਖਿਆ ਇਹਨਾਂ ਨੇ ਵੀ ਪਾਣੀ ਕਿਨੇ ਬਹੁਤ ਤੰਗ ਆ, ਪਾਣੀ ਕੈਂਟਰ ਕਹਿ ਕੇ ਫੋਨ ਕਰਕੇ ਫਿਰ 5-7 ਦਿਨ ਮੰਗਾਉਂਦੇ ਹਾਂ, ਉਹਦੇ ਵਿੱਚੋਂ ਵੀ ਪਾਣੀ ਪੂਰਾ ਨਹੀਂ ਆਉਂਦਾ, ਬੁੜੀਆਂ ਲੜੀ ਜਾਂਦੀਆਂ, ਜਵਾਕ ਲੜੀ ਜਾਂਦੇ ਪਾਣੀ ਪਿੱਛੇ। ਇਸ ਕਿਨੇ ਬਹੁਤ ਤੰਗ ਆਂਗੇ, ਜਿਹੜੀਆਂ ਟੂਟੀਆਂ ਲਵਾਈਆਂ ਸੀ ਟੂਟੀਆਂ 'ਚ ਪਾਣੀ ਜਮੇ ਨਹੀਂ ਆਉਂਦਾ, ਮੋਟਰਾਂ ਵੀ ਲਵਾਈਆਂ ਸੀ ਤਾਂ ਵੀ ਨਹੀਂ ਪਾਣੀ ਆਉਂਦਾ। ਇਸ ਕਿਨੇ ਬਹੁਤ ਅਸੀਂ ਤੰਗ ਹੈਗੇ ਹਾਂ ਅਤੇ ਪਾਣੀ ਕੋਈ ਜਦੋਂ ਦੀ ਨਵੀਂ ਸਰਕਾਰ ਬਣੀ ਆ ਸਾਰੇ ਕਸਮੇ ਤੰਗ ਆ, ਘਰਾਂ ਕੰਨੀਓ ਤੰਗ ਆ, ਪਾਣੀ ਕੰਨੀਓ ਵੀ ਹਰ ਚੀਜ਼ ਤੰਗ ਹੀ ਤੰਗ ਹੈ। ਇਹ ਸਰਕਾਰ ਨੇ ਝਾੜੂ ਫਿਰ ਇਹਦੇ ਸਾਡੇ ਗਰੀਬਾਂ ਝਾੜੂ ਫਿਰਦੇ ਨੇ। ਸਰਕਾਰਾਂ ਜਦੋਂ ਇਲੈਕਸ਼ਨ ਆਉਂਦੀਆਂ ਵੱਡੇ ਵੱਡੇ ਵਾਅਦੇ ਕਰਦੀਆਂ, ਬਦਲਾਅ ਦੀ ਗੱਲ ਵੀ ਕਰਦੀਆਂ, ਪਰ ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਸਰਕਾਰ ਜਦੋਂ ਬਣੀ ਸੀ ਬਹੁਤ ਵੱਡੇ ਬਦਲਾਅ ਨਾਲ ਬਣੀ ਸੀ, 92 ਸੀਟਾਂ ਆਈਆਂ ਸੀ, ਪਰ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਹ ਤਾਂ ਹੁਣ ਵੀ ਕਹਿੰਦੇ ਨਿੱਤ ਬੋਲਦਾ, ਉਹ ਟੀਵੀ 'ਤੇ ਸੁਣਦੇ ਆ, ਹੋਰ ਯੂਟਿਊਬ 'ਤੇ ਜਾਂ ਫੇਸਬੁੱਕ 'ਤੇ ਸੁਣਦੇ ਆ ਗੱਲਾਂ ਕਿ ਆਉਣ ਨਹੀਂ ਦਿੰਦੇ, ਬੀਬੀਆਂ ਨੂੰ 1000-1000 ਰੁਪਈਆ ਪਾਵਾਂਗੇ, ਉਹ ਨਹੀਂ ਪਾਇਆ ਕੋਈ ਕੋਈ ਗੱਲ ਕੋਈ ਨਹੀਂ, ਸਭ ਝੂਠ ਆ ਉਹਨਾਂ ਦਾ, ਝੂਠੀ ਮੈਂ ਝੂਠੇ ਬੰਦੇ ਆ ਉਹ। ਜਿਹੜਾ ਬੰਦਾ ਨੱਚਣ ਟੱਪਣ ਜਾਂਦਾ ਉਹ ਕੀ ਕੰਮ ਕਰੂਗਾ ਕਿਸੇ ਦੇ, ਗਰੀਬਾਂ 'ਚ ਕਿਸੇ ਦੇ ਵੀ ਨਹੀਂ ਕਰ ਸਕਦਾ, ਗਰੀਬਾਂ 'ਚ ਕੀ ਕਰਨਾ ਆ? ਨਾਲ ਉਹ ਕਹਿੰਦਾ ਮੈਂ ਆਪ ਗਰੀਬ ਰਿਹਾ। ਹੁਣ 2024 ਦੀਆਂ ਇਲੈਕਸ਼ਨਾਂ ਆਉਣੀਆਂ, ਲੋਕ ਤੁਹਾਡੇ ਕੋਲ ਸਾਰੀਆਂ ਪਾਰਟੀਆਂ ਦੇ ਵੋਟਾਂ ਮੰਗਣ ਆਉਣਗੇ, ਇਸ ਨੂੰ ਲੈ ਕੇ ਗੱਲਬਾਤ ਕਰੋਗੇ ਉਹਨਾਂ ਨਾਲ? ਗੱਲਬਾਤ ਕਰਾਂਗੇ ਜੀ, ਜਿਵੇਂ ਅੱਗੇ ਆਖਿਆ ਵੀ ਅੱਗੇ ਦੇ ਫੁੱਲਾਂ ਦੇ ਹਾਰ ਪਾਉਣ, ਛਤਰਾਂ ਦੇ ਹਾਰ ਪਹਿਣਗੇ, ਇਹ ਗੱਲ ਆ। ਹਾਂਜੀ, ਅਸੀਂ ਜਿਹਨੂੰ ਵੋਟ ਤਾਂ ਪਾਉਣੀ ਆ, ਪਰ ਜਿਹਨੂੰ ਸਾਡਾ ਮਨ ਆ ਜਿਹਨੂੰ ਪਹਿਲਾਂ ਪਾਉਂਦੇ ਉਹਨਾਂ ਨੂੰ ਪਾਵਾਂਗੇ, ਅਸੀਂ ਹੋਰ ਨਹੀਂ ਕਿਸੇ ਨੂੰ ਪਾਉਣੀ। ਵੋਟ ਤਾਂ ਪਾਉਣੀ ਹੱਕ ਬਣਦਾ, ਸਾਡਾ ਹੱਕ ਆ, ਪਰ ਜਿਹਨੂੰ ਅਸੀਂ ਪਹਿਲਾਂ ਪਾਉਂਦੇ ਰਹੇ, ਜਿਹਨੇ ਪਹਿਲਾਂ ਜੁੜੇ ਹਾਂ ਅਸੀਂ,
पाँदी जितते पाँदी हारे साड़ी वोट उधर ही जाऊगी ये नवे बंद ना पाई है ना पानी है मैं साड़ी है होर भी ने साढ़े ना पाई साहब की नाम है मेरा नाम मक्खन सिंह है जी मक्खन सिंह जी पानी नू लैके समस्या खड़ी हुई पी आ बीबियां लड़दियाँ भी सियाँ पानी टैंकर ना आ रहा किमें देखते हो देखो पानी की समस्या बहुत डूंगी समस्या बनी पी साडे वास्ते पानी हरेक नू चाहिए गा तो पानी आ नहीं रहा जे पानी असी फोन करते हैं तो पांच चार बारी तो सानू फोन करने पैंदे आ फिर जो भेजते भी एक अद्धा टैंकर है तो पूरा नहीं आता उस तो बाद फिर लेडीज आपस में लड़दियाँ गई पानी तो बिना तो काफ़ी जिहड़ा मुद्दा है ये लड़ाई वाला बनया पैगा सरकार जिहड़े पानी वेस्ट करदे आ उहनां नूं लै के जुर्माने भी करदी आ पर दूसरे पासे पानी की लगातार घाट आ रही है कि लगता भी सरकार के जिहड़े फैसले ले आ पानी नूं लै के जुर्माने किए जाते आ जा समय समय से अवेयर भी किया जाता भी पानी की वेस्ट ना की जाए कि लोगों पर असर होंदा उहदा नहीं लोगों पर उसका कोई असर नहीं होंदा जी क्योंकि पानी उही बचा सकता जिन्हों पानी की कीमत का पता गा जिन्हों आराम पानी घर बैठा मिलता गा वह गड्डिया भी धोगा तो आप कोठियां भी धोगा सब कुछ जिन्हों समस्या पता गा भी पानी सानू बड़ा मुश्किल ना मिलता उ कदर जानता गा तो ना सरकार के कहने के मुताबिक कोई काम होंदा क्योंकि सरकार तो आप ही पानी पहला पंजाब का दे आंदियां पासे पासे खंडाउंते होईयां पईयां हजे तो इंसान पानी नहीं मिल रहा गा ये फसलों वास्ते भी पानी नहीं मिलना पंजाब च सरकारां वल्लों भी दस्या जा रहा जां आपां कह दईए जिहड़े बुद्धिजीवी रिसर्च करदे उह कहिंदे 10-15 सालां नूं आउण वाले समें च पाणी नहीं मिलणा समस्या तां अज ही आई खड़ी है देखो जिहड़ी रिसर्च कर रहे आ ना उह बिल्कुल सही हैगी पर साडे वास्ते तां उह अज ही बणिया पिआ टाइम जिहड़ा उह टाइम कह रहे आ ना वी 15 साल लगणगे पाणी नहीं मिलणा साडे वास्ते तां अज ही उह टाइम आया पिआ हैगा एक दसो एक केंद्र सरकार ने भी कहा वा पानी जिहड़ा दूसरे सूबे नूं देना चाहिदा पंजाब च भी समस्या आई खड़ी है देखो जे केंद्र सरकार ने पानी देता दूजे सूबे नूं तां पंजाब दा बहुत माड़ा हाल हो जूगा जी इस करके पंजाब नूं लामबंद होकर यह पानी नूं बचा लेना चाहिए गा जी तो फिर ही फसलां होणगियां अन्नदाता फिर ही पंजाब दा का होगा यह नहीं तो यह बंजर जमीन हो जाणी है जिथे सरकारां दी गल आ उत्थे आम लोग क्यों नहीं इस जिम्मेवारी नूं समझदे क्यों सरकार नूं ही आके पानी जिहड़ा वेस्ट करदे उहनूं रोकणा पैंदा कि साडी सारयां दी जिम्मेवारी नहीं बणदी वी पानी दी वेस्टेज ना कीती जावे देखो सरकार जिहड़ी हैगी आ उपरों हुक्म कर दिंदी आ उह कह दिंदी आ कि पर इह प्रशासन नूं चाहीदा हुंदा गा प्रशासन अणगौलिया कर दिंदा इस चीज़ नूं जे प्रशासन इहदे वल ध्यान तां कुछ ना हल हो सकदा गा होर भी ने साडे नाल भैन जी उन्हां नाल भी गलबात करदे की नाम है भैन जी बलजीत कौर जी भैन जी पानी नूं लैके औरतां लड़दियां नजर आईयां की कहना चाहुंदे लड़दियां जी बहुत लड़दियां पानी आउंदा ही नहीं जी पूरा पानी बिल्कुल पूरा नहीं आ रहा है 8-7 दिनों तो आउंदा कैंटर वह भी जो फोन बंद कर दें तो आउंदा कि जे कोई एक अद्धी भर लेंदी है दूजी रह जाती है फिर वह लड़ाइया कर देंगे जी आपस में पर हुण कोई नहीं आके पुछदा भी थोनू किसी पानी की लोड़ा जां किसी होर चीज़ की लोड़ा तो वोटां मौके सारे पुछण लग जांदे आ कि भी किवें आ ਇੱਥੋਂ ਦੇ ਲੋਕਾਂ ਨੇ ਵੀ ਸਰਕਾਰ ਬਣਾਉਣ 'ਚ ਬਹੁਤ ਵੱਡਾ ਯੋਗਦਾਨ ਪਾਇਆ ਸੀ ਹੁਣ ਕੋਈ ਲੀਡਰ ਆ ਕੇ ਬਾਹ ਨਹੀਂ ਫੜਦਾ ਨਹੀਂ ਜੀ ਪਛਤਾ ਰਹੇ ਸਾਰੀ ਦੁਨੀਆ ਹੀ ਪਛਤਾ ਰਹੀ ਅਸੀਂ ਕੀ ਪਛਤਾ ਰਹੇ ਹਾਂ ਸਾਰੀ ਦੁਨੀਆ ਹੀ ਹੁਣ ਤੱਕ ਹੀ ਆਉਂਦੀ ਵੀ ਇਸ ਤੋਂ ਬਾਅਦ ਇਹ ਸਰਕਾਰ ਕਦੇ ਵੀ ਅੱਗੇ ਨਹੀਂ ਆਊਗੀ ਮੈਨੂੰ ਤਾਂ ਲੱਗਦਾ ਨਹੀਂ ਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਣੀ ਪੂਰਾ ਕਰ ਦੇਣਗੇ ਜੇ ਆਹ ਹਾਲਾਤ ਅੱਜ ਹੋਏ ਪਏ ਆ ਤਾਂ ਇਦੋਂ ਅੱਗੇ ਤਾਂ ਮਾੜੇ ਹੀ ਹੋਣਗੇ ਆਪਣੇ ਹਾਲਾਤ ਚੰਗੇ ਤਾਂ ਹੁੰਦੇ ਨਹੀਂ ਜੀ चाहे पंजाब सरकार की गल करिए जा केंद्र सरकार की गल करिए कहिंदे पंजाब का पानी यह बाहरले सूबे नूं देण नूं तैयार होए खड़े दे ही दिता जी हुण तैयार की होणगे दे ही दिता जे पंजाब तो कढ के पानी बाहर मुल्कां नूं दे ही जांदे आ तां ही करके तां गरीबां नूं दिक्कतां आई जांदियां वड्डे घरां नूं तां कोई दिक्कत नहीं आउंदी गी उहनां दे मच्छी मोटर भी लगी हुंदी आ उहनां दे होर भी सप्लाईआं हुंदियां गियां ना ही उहनां दा पानी बंद करन वड्डे घरां दा इह तां जो कुछ होणा गरीबां नाल ही होणा जी ते हो ही भी जांदा गा की मंग करते हो असं सरकारा यही कहने भी वो तो वे इतने बस्ती के पानी भेजा जाए तो साड़ी देखरेख की जाए तो जो भी अज सरकार साड़ी बांह फड़ूगी जानू भुख्या प्यासों आके पुछूगी तो असी उन्होंने वोट हस के पावे सो इस धोबिया ने बस्ती के लोग गली दे खड़े हैं जिन्हों पानी लैके अज काफ़ी वही समस्या आई है वैसे तो वह कहें रोज़ आती है तो सानू फोन के नाल ही पानी मंगा पैंता पर वह पानी फिर घट जाता